ਡਰ ਪੇਰੈਂਟਸ ਐਂਡ ਡੀਅਰ ਸਟੂਡੈਂਟਸ ਕੱਲ ਅਸੀਂ ਆਈ ਦੇ ਸ਼ਬਦਾਂ ਦੀ ਵਿਆਸ ਕੀਤਾ ਸੀ ਅੱਜ ਅਸੀਂ ਆਈ ਵਾਲੇ ਸ਼ਬਦ ਹੋਰ ਪੜ੍ਹਦੇ ਹਾਂ ਆਈ ਬਾਵਲ ਵਾਲੇ ਦੇਖਦੇ ਹਾਂ ਜਿਵੇਂ ਕੀ ਲਿਖਿਆ ਹੋਇਆ ਹੈ ਬਿਟ ਲਿਡ ਫਿਨ ਡਿਪ ਬਿਨ ਕਿਟ ਟਿਨ ਟਿਪ ਲਿਪ ਪਿਨ ਨੈਬ ਸੈਟ ਬਿਬ ਪਿਟ ਜਿਪ ਸਿਕਸ ਅਸੀਂ ਇਹ ਫੋਟੋਆਂ ਪਛਾਣਣੀਆਂ ਹਨ ਅਤੇ ਉਹਨਾਂ ਥੱਲੇ ਇਥੋਂ ਸ਼ਬਦ ਜੁੜਨ ਕੇ ਲਿਖਣਾ ਹੈ ਜਿਵੇਂ ਬਿਟ ਜੋ ਹੁੰਦਾ ਹੈ ਉਹ ਛੋਟੇ ਜਿਹੇ ਆਪਾਂ ਕਿਸੇ ਕਤਰੇ ਨੂੰ ਬਿਟ ਆਖਦੇ ਹਾਂ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਲਿਡ ਹੈ ਲਿਡ ਟੱਕ ਨੂੰ ਕਿਹਾ ਜਾਂਦਾ ਹੈ ਇਹ ਰਿਹਾ ਇੱਥੇ ਲਿਡ ਲਿਖ ਦਾਂਗੇ ਅਸੀਂ ਇਹ ਲਿਪ ਹੈ ਇਹ ਟਿਪ ਹੈ ਇਹ ਸਿਕਸ ਹੈ ਇਹ ਬਿਟ ਹੈ ਤਾਂ ਡਾਟ ਨੂੰ ਅਸੀਂ ਬਿਟ ਆਖਦੇ ਹਾਂ ਤੇ ਐਵੇਂ ਇਹ ਬੱਚਾ ਜੋ ਹੈ ਇੱਕ ਕਿੱਡ ਹੈ ਇਹ ਪੈਨ ਹੈ ਨਿਬ ਕਹਿੰਦੇ ਨੇ ਨਿਬ ਹੈ ਇਹ ਵਾਲਾ ਜੋ ਹੈ ਟਿਨ ਹੈ ਜਿਪ ਹੈ ਔਰ ਜੋ ਇਹ ਡਿਪ ਕੀਤਾ ਹੋਇਆ ਹੈ ਇਹ ਆਪਣੇ ਕੋਲੇ ਦੇਖਦੇ ਹਾਂ ਪਿੱਟ ਹੈ ਟੂਆ ਇਹਨੂੰ ਆਪਾਂ ਕਹਿ ਦਿੰਦੇ ਹਾਂ ਤਾਂ ਇਸ ਤਰੀਕੇ ਨਾਲ ਪਿਆਰੇ ਬੱਚਿਓ ਤੁਸੀਂ ਜੋ ਇਹ ਸ਼ਬਦ ਹਨ ਇਹ ਲਿਖਣੇ ਹਨ ਅਤੇ ਇਹਨਾਂ ਨੂੰ ਤੁਸੀਂ ਹਲ ਕਰਨਾ ਹੈ ਇਹ ਪੈਨ ਹੈ ਤੇ ਇਹ ਬਿਟ ਹੈ ਇਹ ਨਿਬ ਹੈ ਤਾਂ ਬਿਟ ਵਾਲਾ ਇਹ ਸਥਾਨ ਹੈ ਬਿਟ ਮਨੇ ਕਿ ਤਿੱਖਾ ਨੁਕੀਲਾ ਸਿਰੇ ਨੂੰ ਇਸ ਬਿਟ ਕਹਿੰਦੇ ਹਾਂ ਤਾਂ ਇਸ ਤਰੀਕੇ ਨਾਲ ਪੈਰ ਬੱਚੋ ਤੁਸੀਂ ਇਹ ਲਿਖਣਾ ਹੈ ਤਾਂ ਇੱਥੇ ਤੁਸੀਂ ਤਸਵੀਰਾਂ ਬਣਾਉਣੀਆਂ ਹਨ ਤਸਵੀਰਾਂ ਸ਼ਾਇਦ ਤੁਹਾਨੂੰ ਨਾ ਬਣਨ ਤਾਂ ਇਸ ਲਈ ਤੁਸੀਂ ਇਹਨਾਂ ਦੇ ਸ਼ਬਦ ਹੀ ਲਿਖਦੇ ਰਹਿਣਾ ਹੈ ਤੇ ਪ੍ਰੈਕਟਿਸ ਕਰਨੀ ਹੈ ਤੇ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਇਹਨਾਂ ਅੱਖਰਾਂ ਤੋਂ ਤੁਸੀਂ ਕੋਈ ਸ਼ਬਦ ਬਣਾਉਣਾ ਹੈ ਜਿਹਨੇ ਤੁਸੀਂ ਬਣਾ ਸਕਦੇ ਹੋ ਜਿਵੇਂ ਐਸੋਸੀ ਬਣਾ ਸਕਦੇ ਹੋ ਐਨ ਆਈ ਪੀ ਨਿਪ ਐਨ ਆਈ ਬੀ ਨਬ ਹੈਨਾ ਤਾਂ ਐਚ ਆਈਟੀ ਹਿਟ ਪੀ ਆਈਟੀ ਪਿਟ ਬੀ ਆਈ ਬੀ ਬਿਬ ਹੈਨਾ ਇਸ ਤਰੀਕੇ ਨਾਲ ਐਸ ਆਈਟੀ ਸੈਟ ਜਿਹਨੇ ਤੁਸੀਂ ਕਰ ਸਕਦੇ ਹੋ ਸ਼ਬਦ ਤਾਂ ਤੁਸੀਂ ਬਣਾ ਸਕਦੇ ਹੋ ਤਾਂ ਇਸ ਪੇਜ ਦੀਆਂ ਫੋਟੋਆਂ ਵੀ ਮੈਨੂੰ ਤੁਸੀਂ ਭੇਜਣੀਆਂ ਹਨ ਤਾਂ ਇਸ ਤਰੀਕੇ ਨਾਲ 58 ਨੰਬਰ ਪੇਜ ਤੱਕ ਜੋ ਹੈ ਉਹ ਅਭਿਆਸ ਕਰਨਾ ਹੈ ਅਤੇ ਇਸ ਦੀ ਫੋਟੋਗ੍ਰਾਫ ਮੈਨੂੰ ਭੇਜਣੀਆਂ ਹਨ ਤੁਹਾਡਾ ਸਭਨਾਂ ਦਾ ਧੰਨਵਾਦ